ਕੀ ਹੋਇਆ ਜੀ ਇੱਥੇ ਤੁਸੀਂ ਯਾਰ ਸ਼ਰਧਾ ਦੇਖ ਲਓ ਵੀ ਸਵੇਰੇ 9 ਵਜੇ ਕਿੰਨੀ ਸੰਗਤ ਆਈ ਹੋਈ ਹੈ ਤੇ ਲਾਈਨ ਦੇ ਵਿੱਚ ਲੱਗ ਕੇ ਆਪਣੇ ਕੋਲ ਸਪੀਡ ਬਣੀ ਹੋਈ ਭਰਾਵਾਂ ਦੀ। ਹੁਣ ਲਾ ਦੇ ਪਹਾੜ ਪਾਈ ਇਹਨਾਂ ਨੇ ਪਨੀਰ ਦੇ, ਤੁਹਾਨੂੰ ਆਪਣਾ ਪਕੌੜੇ ਵੀ ਆ, ਭੰਗ ਵਾਲੇ, ਪਨੀਰ ਵਾਲੇ, ਆਲੂ ਵਾਲੇ ਜਿਹੜੇ ਲੈਣੇ ਹਰ ਤਰ੍ਹਾਂ ਦੇ ਹੈਗੇ ਆਪਣੇ ਕੋਲ। ਰਵੀ ਕਿਹਦੀ ਗੁੜੀਆ ਕੀ ਠੀਕ ਠਾਕ ਹੋਵੇ। ਮੈਂ ਤੁਹਾਡਾ ਆਪਣਾ ਸੂਰਜ ਅਰੋੜਾ, ਅੱਜ ਹੈਗੀ ਜੀ ਸ਼ਿਵਰਾਤਰੀ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਾਡੀ ਸਾਰੀ ਸੈਵਨ ਰਾਈ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਆਪਾਂ ਜਿਵੇਂ ਤੁਸੀਂ ਮੇਰੇ ਪਿੱਛੇ ਚੈੱਕ ਕਰ ਹੀ ਸਕਦੇ ਹੋ, ਆਪਾਂ ਖੜੇ ਹਾਂ ਮੰਦਿਰ ਦੇ ਮੂਹਰੇ ਜੀ। ਸ਼ਿਵ ਜੀ ਮੰਦਿਰ ਬੜਾ ਪ੍ਰਾਚੀਨ ਮੰਦਿਰ ਹੈ, ਬੜਾ ਸਿੱਧ ਮੰਦਿਰ ਹੈ ਰੈਕੋਟ ਅੱਡੇ ਦੇ ਵਿੱਚ। ਤੇ ਆ ਜਾਓ ਆਪਾਂ ਚੱਲਦੇ ਹਾਂ ਅੰਦਰ, ਪਹਿਲਾਂ ਇੱਥੇ ਮੱਥਾ ਟੇਕਦੇ ਹਾਂ ਤੇ ਤੁਹਾਨੂੰ ਅੰਦਰ ਦੀ ਸਾਰੀ ਰੌਣਕ ਦਿਖਾਉਂਦੇ ਹਾਂ ਤੇ ਜਗਰਾਉਂ ਸ਼ਹਿਰ ਜੀ ਜੋ ਜੋ ਕੁਛ ਹੋਊਗਾ ਤੁਹਾਨੂੰ ਦਿਖਾਉਂਦੇ ਰਹਾਂਗੇ। ਤੇ ਆ ਜਾਓ ਟਾਈਮ ਵੇਸਟ ਨਾ ਕਰਦੇ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸ਼ਿਵ ਮਹਾਰਾਜ ਦੇ। ਆਪਣਾ ਰੌਣਕ ਚੈੱਕ ਕਰ ਸਕਦੇ ਹੋ ਵੀ ਕਿੰਨੀ ਸੰਗਤ ਆਈ ਹੋਈ ਹੈ ਤੇ ਹਜੇ ਸਿਰਫ ਸਵੇਰ ਦੇ 9 ਵਜੇ ਹੈ ਤੇ ਟਾਈਮ ਵੇਸਟ ਨਾ ਕਰਦੇ ਆਪਾਂ ਚੱਲਦੇ ਹਾਂ ਅੰਦਰ ਤੇ ਦੇਖ ਲਓ ਸਵੇਰੇ 9 ਵਜੇ ਤੁਸੀਂ ਕਿੰਨੀ ਰੌਣਕ ਲੱਗ ਚੁੱਕੀ ਹੈ। ਤੇ ਆਪਾਂ ਵੀ ਅੱਜ ਲਗਾਉਣਾ ਭੰਡਾਰਾ ਤੇ ਉਹਦਾ ਪ੍ਰਸ਼ਾਦ ਮੈਂ ਲੈ ਆਇਆ ਸੀ। ਮੈਂ ਕਿਹਾ ਆਪਾਂ ਵੀ ਇੱਥੇ ਪਹਿਲਾਂ ਭੋਲੇਨਾਥ ਜੀ ਨੂੰ ਪ੍ਰਸ਼ਾਦ ਲਗਾਵਾਂਗੇ ਤੇ ਫਿਰ ਉਸ ਤੋਂ ਬਾਅਦ ਭੰਡਾਰਾ ਸ਼ੁਰੂ ਕਰਾਂਗੇ। ਤੇ ਆ ਜਾਓ ਹੁਣ ਆਪਾਂ ਚੱਲਦੇ ਹਾਂ ਅੰਦਰ। ਤੁਸੀਂ ਯਾਰ ਸ਼ਰਧਾ ਦੇਖ ਲਓ ਵੀ ਸਵੇਰੇ 9 ਵਜੇ ਕਿੰਨੀ ਸੰਗਤ ਆਈ ਹੋਈ ਹੈ ਤੇ ਲਾਈਨ ਦੇ ਵਿੱਚ ਲੱਗ ਕੇ ਆਪਣੀ ਮੱਥਾ ਟੇਕਣ ਦਾ ਇੰਤਜ਼ਾਰ ਕਰਦੇ ਪਏ ਆ। ਲਓ ਜੀ ਆ ਜਾਓ ਮਾਰੋ ਨਿਗਾਹ ਤੁਸੀਂ ਵੀ। ਤੇ ਮੰਦਿਰ ਦੀ ਗੱਲ ਕਰਾਂ ਤਾਂ ਬੜਾ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਯਾਰ ਇਸ ਸਾਲ। ਤੇ ਲਓ ਜੀ ਤੁਸੀਂ ਵੀ ਦੇਖ ਲਓ ਸੰਗਤ ਵੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੇ ਆ। ਸੋ ਲਓ ਜੀ ਤੁਸੀਂ ਦੇਖ ਲਓ ਯਾਰ ਇੱਥੋਂ ਦੇ ਸੇਵਾਦਾਰਾਂ ਦੀ ਗੱਲ ਕਰਾਂ, ਬੜਾ ਸੋਹਣਾ ਮੈਨੇਜ ਕੀਤਾ ਹੋਇਆ ਵਾ। ਜੈ ਸ਼ੰਕਰ ਮਹਾਰਾਜ ਜੀ, ਠੀਕ ਹੋ ਜੀ? ਹਾਂਜੀ ਬਹੁਤ ਵਧੀਆ। ਸੋ ਕਿੰਨੇ ਵਜੇ ਵੀਰੇ ਸੰਗਤ ਸ਼ੁਰੂ ਹੋ ਗਈ ਸਵੇਰੇ ਆਣੀ? ਸੰਗਤ ਵੀਰੇ 6 ਵਜੇ ਤੋਂ ਮੇਰੇ ਹਿਸਾਬ ਨਾਲ ਪਹਿਲਾਂ ਹੀ ਆਏ ਆ। ਅੱਛਾ ਪਹਿਲਾਂ ਹੀ ਆ ਜਾਂਦੀ ਆ। ਸੋ ਲਓ ਜੀ ਆ ਜਾਓ ਤੁਹਾਨੂੰ ਆਪਾਂ ਕਰਾਉਂਦੇ ਹਾਂ ਦਰਸ਼ਨ ਭੋਲੇਨਾਥ ਜੀ ਦੇ। ਤੁਸੀਂ ਕਿੰਨੇ ਵਜੇ ਮੰਦਿਰ ਗਏ ਸੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਲਓ ਜੀ ਤੁਸੀਂ ਦੇਖ ਲਓ ਵੀ ਹਰ ਸੰਗਤ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਤਰ੍ਹਾਂ, ਕੋਈ ਬੇਲ ਪੱਤਰ ਨਾਲ, ਕੋਈ ਕਿਸੇ ਤਰ੍ਹਾਂ, ਕੋਈ ਬੇਰ ਨਾਲ, ਕੋਈ ਫਰੂਟ ਨਾਲ, ਹਰ ਕੋਈ ਆਪਣੇ ਆਪਣੇ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਇੱਥੇ ਲਿਆ ਕੇ ਆਪਣਾ ਮੱਥਾ ਟੇਕਦੇ ਆ ਤੇ ਆਪਣੀਆਂ ਮਨੋਕਾਮਨਾ ਪੂਰੀ ਕਰਦੇ। ਬੜੀ ਸਿੱਧ ਮੰਦਿਰ ਹੈ ਤੇ ਬੜੀ ਦੂਰੋਂ ਦੂਰੋਂ ਲੋਕ ਆ ਕੇ ਮੰਦਿਰ ਦੇ ਵਿੱਚ ਆਪਣਾ ਮੱਥਾ ਟੇਕਦੇ ਆ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਆ। ਚਲੋ ਜੀ ਹੁਣ ਆਪਾਂ ਵੀ ਆਪਾਂ ਪ੍ਰਸ਼ਾਦ ਜਿਵੇਂ ਤੁਹਾਨੂੰ ਦੱਸਿਆ ਆਪਾਂ ਭੰਡਾਰਾ ਲਗਾਉਣਾ ਸੀਗਾ ਤੇ ਉਹਦੇ 'ਚੋਂ ਮੈਂ ਪਹਿਲਾਂ ਭੋਲੇ ਸ਼ੰਕਰ ਜੀ ਨੂੰ ਪ੍ਰਸ਼ਾਦ ਲਵਾਉਣਾ ਸਮਝਿਆ ਤੇ ਆਹ ਉਹਨਾਂ ਪਲਵਾਉਂਦੇ ਆ। ਜੈ ਸ਼ੰਕਰ ਮਹਾਰਾਜ ਜੀ, ਜੈ ਸ਼ੰਕਰ ਜੀ, ਜੈ ਸ਼ੰਕਰ। ਮੱਥਾ ਟੇਕੇ ਦਾ ਬਾਹਰ ਆ ਚੁੱਕੇ ਹਾਂ ਜੀ ਤੇ ਤੁਸੀਂ ਦੇਖ ਲਓ ਮੰਦਿਰ ਦੇ ਬਾਹਰ ਹੀ ਭੰਡਾਰੇ ਦਾ ਪੂਰਾ ਅਰੇਂਜਮੈਂਟ ਕੀਤਾ ਹੋਇਆ ਵਾ ਤੇ ਬੜੇ ਅਲੱਗ ਅਲੱਗ ਤਰ੍ਹਾਂ ਦੇ ਇੱਥੇ ਕੁਲਫੀਆਂ, ਭਟੂਰੇ ਛੋਲੇ, ਕੁਲਚੇ ਛੋਲੇ, ਬੜੇ ਤਰ੍ਹਾਂ ਦੇ ਭੰਡਾਰੇ ਚੱਲਨੇ ਆ। ਤੇ ਹੁਣ ਆਪਾਂ ਆ ਚੁੱਕੇ ਆਪਣੀ ਸ਼ੋਪ ਤੇ ਤੇ ਤੁਹਾਨੂੰ ਪਤਾ ਜਿਵੇਂ ਆਪਾਂ ਹਰ ਸਾਲ ਸ਼ਿਵਰਾਤਰੀ ਦਾ ਭੰਡਾਰਾ ਲਗਾਉਂਦੇ ਆ ਤੇ ਇਸ ਸਾਲ ਵੀ ਤਿਆਰੀਆਂ ਬੜੀਆਂ ਜ਼ੋਰਾਂ ਸ਼ੋਰਾਂ ਨਾਲ ਤੇ ਭਾਰੀ ਤਰੀਕੇ ਨਾਲ ਚੱਲਦੀਆਂ ਪਈਆਂ। ਹੁਣ ਤੁਸੀਂ ਹੈਰਾਨ ਨਾ ਹੋਵੋ, ਤੁਹਾਨੂੰ ਦਿਖਾਉਂਦੇ ਆ ਕਿਵੇਂ ਤਿਆਰੀਆਂ ਚੱਲਦੀਆਂ। ਆ ਲਓ ਜੀ ਆਪਣੇ ਭਰਾ ਹੀ ਲੱਗੇ ਹੋਏ ਆ। ਹਾਂ ਬੰਡੀ, ਚੱਲਦੀ ਤਿਆਰੀ ਪੂਰੀ ਪੂਰੀ। ਦੇਖੋ ਵੀ ਸਭ ਤੋਂ ਪਹਿਲਾਂ ਤਾਂ ਪਨੀਰ ਦੀ ਕਟਿੰਗ ਕਰਕੇ ਇਹ ਸਾਰੀ ਭੰਗ ਆ ਜੀ, ਦੇਖ ਲਓ ਤੁਸੀਂ ਇਹ ਜਿੰਨੇ ਵੀ ਅੱਜ ਸ਼ਿਵ ਭਗਤ ਆਣੇ ਆ ਉਹਨਾਂ ਸਾਰਿਆਂ ਨੂੰ ਇਦਾਂ ਭੰਗ ਵਿੱਚ ਕਰਕੇ ਫਿਰ ਦੇਣੀ ਹੈ, ਪੂਰਾ ਮਸਾਲਾ ਵਗੈਰਾ ਕਰਾਰਾ ਜਿਹਾ ਕਰਕੇ। ਵਾਹ ਵੀ ਦੇਖ ਲਓ ਤੁਸੀਂ, ਤੇ ਵੀਰਾ ਦੀ ਕਟਿੰਗ ਕਰੀ ਜਾਂਦਾ ਇਧਰੋਂ ਪੂਰੀ ਵੱਡੇ ਪੀਸਾਂ ਤੋਂ ਕਟਿੰਗ ਹੁੰਦੀ ਪੂਰੀ ਜ਼ੋਰਾਂ ਸ਼ੋਰਾਂ ਤੇ ਆ। ਤੇ ਬਸ ਹੁਣ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ, ਤੁਹਾਨੂੰ ਜਿੱਥੇ ਘੋਟਾ ਲਗਾਇਆ ਉਹ ਵੀ ਦਿਖਾਉਂਦੇ ਹਾਂ ਸਾਰੀ ਜਗ੍ਹਾ ਤੇ ਉਸ ਤੋਂ ਆਪਣਾ ਰਾ ਸ਼ੁਰੂ ਕਰਾਂਗੇ। ਲਓ ਜੀ ਹੁਣ ਆਪਣਾ ਦੁੱਧ ਵੀ ਆ ਚੁੱਕਿਆ ਵਾ ਤੇ ਜਿਹਦਾ ਆਪਾਂ ਬਣਾਉਣਾ ਵਾ ਘੋਟਾ।
ਤੇ ਜਿਹੜੇ ਸ਼ਿਵ ਭਗਤਾਂ ਆ ਸਾਰਿਆਂ ਨੂੰ ਹੁਣ ਭੰਗ ਦਾ ਆਪਾਂ ਘੋਟਾ ਵੀ ਪੈਣਾ, ਠੀਕ ਹੈ ਸੋਨੀ? ਲਓ ਵੀ ਦੁੱਧ ਆਪਣਾ ਆ ਗਿਆ, ਤੇ ਆਹ ਵੀਰੇ ਵਾਲੀ ਤੁਸੀਂ ਦੇਖ ਲਓ ਜਿਹੜੇ ਸੇਵਾ ਕਰਦੇ ਪਏ ਆ। ਇਹ ਹਰ ਸਾਲ ਮੈਂ ਵੀਰੇ ਦੀ ਸ਼ਿਫਤ ਕਰਦਾ ਕਿ ਵੀਰਾ ਯਾਰ ਹਰ ਸਾਲ ਟਾਈਮ ਨਾਲ ਆ ਕੇ ਆਪਣੇ ਘੋਟੇ ਹੀ ਸੇਵਾ ਕਰਦਾ। ਹੋਰ ਵੀਰੇ ਠੀਕ ਠਾਕ ਹੋ? ਹੈਲੋ ਜੀ, ਭੰਗ ਵਾਲੇ ਪਕੌੜੇ ਵੀ ਤਿਆਰ ਆ, ਬਸ ਹੁਣ ਥੋੜੇ ਟਾਈਮ ਨੂੰ ਤੁਹਾਨੂੰ ਭੰਗ ਵਾਲੇ ਪਕੌੜੇ ਵੀ ਖਾਣ ਨੂੰ ਮਿਲਣਗੇ। ਹੋਰ ਭਰਾ, ਇਹ ਗਿਆਨੀ ਦੀ ਭਰਾ, ਇਹ ਗਿਆਨੀ ਦੀ ਸਿਫਤ ਆ। ਇਹ ਗਿਆਨੀ ਬਾਈ ਕੱਲ ਸ਼ਾਮ ਦਾ ਲੱਗਿਆ ਹੋਇਆ 6 ਵਜੇ ਦਾ ਸੇਵਾ ਕਰਨ, ਠੀਕ ਆ ਬਾਈ? ਪਹਿਲਾਂ ਗਿਆਨੀ ਨੇ ਭਾਈ ਰਲ ਕੇ ਕਟਿੰਗ ਕੀਤੀ ਆ, ਹੁਣ ਆਹ ਕੱਚੇ ਕਰਕੇ ਰੱਖੀ ਜਾਂਦਾ, ਕਹਿੰਦਾ ਬਸ ਜਿੰਨੇ ਸ਼ਿਵ ਭਗਤਾਂ ਨੇ ਸਭ ਨੂੰ ਸੇਵਾ ਕਰਕੇ ਤੋਰਨੀ ਆ। ਹੈ ਤੁਸੀਂ ਸੇਬਾਂ ਦੀ ਰੇਹੜੀ ਤਾਂ ਬਹੁਤ ਦੇਖੀ ਹੋਊਗੀ, ਪਰ ਪਕੌੜਿਆਂ ਰੇਹੜੀ ਨਹੀਂ ਦੇਖੀ ਹੋਣੀ। ਭਰਾ ਮੈਂ ਕਹੂੰ ਚੱਕ ਕੇ ਦਿਖਾ ਮਾੜਾ ਜਿਹਾ। ਆਹ ਲਓ ਜੀ, ਪਕੌੜਿਆਂ ਰੇਹੜੀ ਭਰੀ ਬੈਠੇ ਆ ਮੁੰਡੇ, ਕਹਿੰਦੇ ਵੀ ਅੱਜ ਨਹੀਂ ਕੋਈ ਜਾਣ ਦੇਣਾ ਸੁੱਕਾ। ਹੈ ਇਹ ਸ਼ਿਵ ਸ਼ੰਕਰ ਦੀ ਹੁੰਦੀ ਆ ਕਿਰਪਾ, ਦੇਖ ਲਓ ਤੁਸੀਂ। ਲਓ ਵੀ ਤੁਸੀਂ ਹੁਣ ਦੇਖੋ ਨਜ਼ਾਰਾ, ਹੁਣ ਦੇਖੋ ਤੁਸੀਂ ਟੀਮ ਪੂਰੀ ਬਣੀ ਹੋਈ, ਹੁਣ ਪੂਰੀ ਡਿਊਟੀ ਲੱਗ ਗਈ, ਹੁਣ ਦੇਖੋ ਵਾਰੀ ਸਿਰ ਪੂਰਾ ਨਾ। ਪਹਿਲਾਂ ਸੀਗਾ, ਪਹਿਲਾਂ ਸਿਸਟਮੈਟਿਕ ਨਹੀਂ ਚੱਲ ਰਿਹਾ ਸੀ, ਹੁਣ ਦੇਖੋ ਸਪੀਡ ਬਣੀ ਹੋਈ ਭਰਾਵਾਂ ਦੀ। ਹੁਣ ਲਾ ਦੇ ਪਹਾੜ ਪਾਈ ਇਹਨਾਂ ਨੇ ਪਨੀਰ ਦੇ, ਹਿਮਾਚਲ ਦੇ ਪਹਾੜ ਤੁਸੀਂ ਬੜੇ ਦੇਖੇ ਆ, ਪਰ ਤੁਸੀਂ ਇਹ ਪਨੀਰ ਦੇ ਪਹਾੜ ਅੱਜ ਦੇਖ ਲਓ ਇੱਥੇ ਸੇਵਾਦਾਰ ਜਿਹੜੇ ਕੱਢਦੇ ਪਏ ਆ। ਹਾਂ ਕਾਸ਼, ਕਾਸ਼ ਅਸਰ ਹੋ ਗਿਆ ਲੱਗਦਾ ਹੁਣੀ ਤੇਰਾ। ਨਹੀਂ ਨਹੀਂ ਹਜੇ ਨਹੀਂ, ਠੀਕ ਹੈ, ਪ੍ਰਸ਼ਾਦ ਲੈਣਾ ਹੈ ਤੂੰ, ਬਸ ਠੀਕ ਹੈ। ਲਓ ਹੈਲੋ ਜੀ, ਦੇਖ ਲਓ ਤੁਸੀਂ ਪਨੀਰ ਆ ਚੁੱਕਿਆ ਵਾ, ਅਤੇ ਬਸ ਹੁਣ ਇਹਨਾਂ ਨੂੰ ਫਰਾਈ ਕਰਦੇ ਹਾਂ, ਅਤੇ ਫਿਰ ਆਪਾਂ ਇਹਨਾਂ ਨੂੰ ਜਦੋਂ ਬਣਨਗੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਬਹੁਤ ਮਜ਼ਾ ਆਉਣ ਵਾਲਾ, ਸਾਰੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਬੜਾ ਵੱਡਾ ਦਿਨ ਆ ਯਾਰ ਅੱਜ, ਪਿੰਡ ਦਾ ਵੀ ਹਰ ਬੰਦਾ ਖੁਸ਼ ਹੈ, ਇੰਡੀਆ ਦਾ, ਕਿ ਅੱਜ ਸ਼ਿਵਰਾਤਰੀ ਹੈ, ਅਤੇ ਮੰਦਰਾਂ ਦਾ ਪੂਰਾ ਰਸ਼ ਹੈਗਾ ਹੀ ਹੈ, ਅਤੇ ਤੁਸੀਂ ਭਰਾ ਹੀ ਦੇਖ ਲਓ ਸੇਵਾ ਕਰਦੇ ਹਾਂ। ਸਲੋ ਜੀ, ਹੁਣ ਆਪਾਂ ਖੜੇ ਹਾਂ ਕੁੱਕੜ ਚੌਂਕ, ਜੇ ਤੁਸੀਂ ਵੀ ਜਗਰਾਓਂ ਸ਼ਹਿਰ ਦੇ ਵਾਸੀ ਹੋ ਤਾਂ ਮਿਲਦਾ ਵੀ ਇਹ ਵੀਰੇਰਾਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ। ਪਿਛਲੇ 18 ਸਾਲ ਤੋਂ ਵੀਰੇਰੀ ਲਗਾਤਾਰ ਇੱਥੇ ਭੰਡਾਰੇ ਦੀ ਸੇਵਾ, ਅਤੇ ਜਿਹੜਾ ਇੱਥੇ ਗਾਣ ਪ੍ਰਜਾਨ ਦਾ ਪ੍ਰੋਗਰਾਮ ਹੁੰਦਾ ਉਹ ਵੀ ਬੜੇ ਵਧੀਆ ਤਰੀਕੇ ਨਾਲ ਵੀਰੇਰੀ ਕਰ ਸ਼ੋਭਾ ਯਾਤਰਾ ਵੀ ਕੱਢਦੇ ਹੋ ਜੀ, ਅਤੇ ਵੀਰੇ ਕਿਹਦਾ ਲੰਗਰ ਲਗਾਇਆ ਹੋਇਆ ਤੁਸੀਂ? ਅਸੀਂ ਪੂਰੀਆਂ, ਛੋਲੇ, ਖੀਰ, ਠੀਕ ਹੈ, ਪੋਪਕੋਰਨ, ਸਵੀਟ ਕੋਰਨ, ਠੀਕ ਹੈ, ਕੈਂਡੀ, ਪਕੌੜੇ, ਚਾਹ, ਸਾਰਾ ਕੁਝ ਜੋ ਵੀ ਕਰਨ ਵਾਲੇ ਆ ਸ਼ਿਵ ਭੋਲੇਨਾਥ ਹੀ ਕਰਦੇ ਆ, ਉਹੀ ਕਰਨ ਵਾਲੇ ਆ, ਠੀਕ ਹੈ। ਅਸੀਂ ਤਾਂ ਉਹਨਾਂ ਦੇ ਇੱਕ ਦਾਸ ਆ, ਜੋ ਵੀ ਸੇਵਾ ਕਰਨੀ ਆ ਉਹਨਾਂ ਨੇ ਸੇਵਾ ਦੇ ਰੂਪ ਚ ਆਏ ਆ, ਤੇ ਉਹੀ ਸੇਵਾ ਕਰਾ ਰਹੇ ਆ। ਭੋਲੇ ਸ਼ੰਕਰ ਦੇ ਪਾਰਵਤੀ ਦੀ, ਗਣੇਸ਼ ਜੀ ਦੀ ਮੂਰਤੀ ਨੂੰ ਕਿੰਨੀ ਸੋਹਣੀ ਤਰ੍ਹਾਂ ਵੀਰੇ ਨੇ ਡੈਕੋਰੇਟ ਕਰਕੇ, ਤੇ ਪੂਰੇ ਸਾਰਿਆਂ ਲਈ ਖੁੱਲਾ ਸੱਦਾ ਲਿਖ ਕੀਤਾ, ਤੁਸੀਂ ਚੈੱਕ ਕਰ ਸਕਦੇ ਹੋ ਸੰਗਤ ਵੀ ਕਿਵੇਂ ਇੱਥੇ ਖੜ ਕੇ ਆਪਣੀ ਸੰਗਤ ਸੋਹਣੀ ਤਰ੍ਹਾਂ ਵਰਤਾਉਂਦੇ ਪਏ ਆ, ਤੇ ਵਰਤਾ ਕੇ ਤੇ ਸੰਗਤ ਦੇ ਮੂੰਹ 'ਚ ਪ੍ਰਸ਼ਾਦ ਦਿੱਤਾ ਜਾ ਰਿਹਾ, ਦੇਖ ਲਓ ਜੀ ਤੁਸੀਂ ਵੀਰੇ ਦੀ ਸੇਵਾ ਕਰਦੇ ਪਏ ਆ। ਤੇ ਲਓ ਜੀ, ਜੈ ਸ਼ੰਕਰ ਮਹਾਰਾਜ ਕੀ, ਪੀਰ ਹਰ ਹਰ ਮਹਾਦੇਵ ਜੀ। ਹੁਣ ਆਪਾਂ ਪਹੁੰਚਿਆ ਸਵਾਮੀ ਨਾਰਾਇਣ ਚੌਂਕ ਦੇ ਵਿੱਚ, ਤੇ ਭਰਾਰਾਂ ਦੇਖ ਲਓ ਤੁਸੀਂ ਕਿੰਨਾ ਸੋਹਣਾ ਪ੍ਰੋਗਰਾਮ ਕੀਤਾ ਹੈ ਇੱਥੇ। ਕੀ ਹਾਲ ਚਾਲ ਵੀਰ ਜੀ? ਠੀਕ, ਜੈ ਸ਼੍ਰੀ ਰਾਮ, ਠੀਕ ਹੋ ਜੀ? ਬੰਬ ਬੰਬ ਬੋਲੇ ਜੀ, ਤੇ ਮੁਬਾਰਕਾਂ ਜੀ ਤੁਹਾਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ। ਤੇ ਵੀਰੇ ਕਾਹਦਾ ਅੱਜ ਲੰਗਰ ਚੱਲ ਰਿਹਾ ਜੀ? ਸ਼ਿਵਰਾਤਰੀ ਹੈ ਜੀ ਅੱਜ, ਠੀਕ ਹੈ, ਕਾਹਦਾ ਲੰਗਰ ਕਾਹਦਾ ਚਲਾ ਰਹੇ ਹੋ? ਲੰਗਰ ਖੀਰ ਚੱਲਦੀ ਵੀ ਹੈ ਜੀ, ਪਕੌੜੇ ਆ, ਭੰਗਲੇ, ਠੀਕ ਹੈ, ਰਗੜਾ ਲੱਗੂਗਾ ਜੀ। ਅੱਛਾ, ਹਰ ਤਰ੍ਹਾਂ ਪ੍ਰਸ਼ਾਦ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਸਲੋ ਜੀ, ਤੁਸੀਂ ਦੇਖ ਲਓ ਵੀ ਹੁਣ ਖੀਰ ਚੱਲਦੀ ਵੀ ਹੈ, ਤੇ ਭਰਾ ਹੀ ਕਿੰਨੇ ਅੱਗੇ ਹੋ ਕੇ ਸੇਵਾ ਕਰਦੇ ਪਏ ਆ। ਲਓ ਜੀ, ਦੇਖ ਲਓ ਤੁਸੀਂ ਵੀਰੇ ਹਰੀ। ਸਲੋ ਜੀ, ਹੁਣ ਆਪਾਂ ਖੜੇ ਆ ਨਲਕੇ ਵਾਲੇ ਚੌਂਕ, ਤੁਸੀਂ ਦੇਖ ਸਕਦੇ ਹੋ ਵੀ ਚੌਂਕ ਵੀ ਕਿੰਨੀ ਸੋਹਣੀ ਤਰ੍ਹਾਂ ਸਜਾਏ ਹੋਏ ਆ, ਤੇ ਇੱਥੇ ਵੀ ਭੰਡਾਰੇ ਵਗੈਰਾ ਦਾ ਪੂਰਾ ਅਰੇਂਜਮੈਂਟ ਹੈਗਾ, ਤੇ ਬੜਾ ਸੋਹਣਾ ਯਾਰ ਚੌਂਕ ਦੇਖ ਲਓ ਤੁਸੀਂ ਵੀ ਪੂਰਾ ਰੌਣਕ ਲੱਗੀ ਹੋਈ ਆ ਚੌਂਕ ਦੇ ਵਿੱਚ। ਲਓ ਜੀ, ਦੇਖੋ ਤੁਸੀਂ ਵੀ।
ਤੇ ਆ ਜਾਓ ਹੁਣ ਆਪਾਂ ਚੱਲਦੇ ਹਾਂ ਅੱਗੇ ਤੇ ਭੱਦਰਕਾਲੀ ਮੰਦਿਰ, ਤੇ ਭੱਦਰਕਾਲੀ ਮੰਦਿਰ 'ਚ ਕੀ ਰੌਣਕ ਹੈ ਤੇ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਸ਼ਿਵਰਾਤਰੀ ਤੁਸੀਂ ਦੇਖ ਲਓ ਯਾਰ, ਹਰ ਮੰਦਿਰ 'ਚ ਗਰਾਊਂਡ ਆ ਤੇ ਹਰ ਚੌਂਕ ਇੰਨਾ ਸੋਹਣਾ ਸੱਜਿਆ ਹੋਇਆ ਨਾ ਕਿ ਬਸ ਦਿਲ ਕਰਦਾ ਵੀ ਖੜ੍ਹ ਕੇ ਦੇਖੀ ਜਾਓ। ਲਓ ਜੀ ਦੇਖ ਲਓ ਤੁਸੀਂ, ਇੱਥੇ ਵੀ ਬੜਾ ਸੋਹਣਾ ਪ੍ਰੋਗਰਾਮ ਚੱਲਦਾ ਪਿਆ। ਸੋ ਹਾਂਜੀ ਬੱਚੇ, ਅੱਜ ਮੰਦਿਰ ਆਏ ਹੋ, ਕੀ ਅੱਜ ਪਤਾ ਤੁਹਾਨੂੰ ਕੀ ਹੈ? ਆਏ, ਵੈਰੀ ਗੁੱਡ ਵੈਰੀ ਗੁੱਡ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਫਸਟ? ਤੁਸੀਂ ਫੋਰਥ? ਫਿਰ ਅੱਜ ਪੂਰਾ ਪ੍ਰਸ਼ਾਦ ਲੈ ਲਿਆ? ਬਸ ਠੀਕ ਆ, ਆ ਜਾਓ ਫਿਰ, ਟੇਕੀਏ ਮੱਥਾ। ਸਲੋ ਜੀ ਮਹਾਦੇਵ। ਸਲੋ ਜੀ, ਹੁਣ ਆਪਾਂ ਪਹੁੰਚੇ ਹਾਂ ਸ਼੍ਰੀ ਨਵ ਦੁਰਗਾ ਦੀ ਟੀਮ ਦੇ ਨਾਲ। ਹੋਰ ਵੀਰੇ ਠੀਕ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ। ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਜੀ, ਤੇ ਕੈਮਰੇ ਜਿਹੜੇ ਆਪਣੇ ਦੇਖ ਰਹੇ ਉਹਨਾਂ ਨੂੰ ਵੀ ਦੇ ਦਿਓ ਵਧਾਈਆਂ। ਜਿੰਨੇ ਦੇਖ ਰਹੇ ਉਹਨਾਂ ਨੂੰ ਤਾਂ ਬਹੁਤ ਬਹੁਤ ਵਧਾਈਆਂ। ਇਹ ਭੰਡਾਰਾ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਲੱਗਿਆ ਜਿਹੜੇ ਦੇਖ ਰਹੇ ਆ ਜੀ। ਠੀਕ ਹੈ ਜੀ, ਤੇ ਆਹ ਦੇਖ ਲਓ ਤੁਸੀਂ, ਵੀਰੇ ਦੀ ਰੇਹੜੀ ਆ ਸਾਰੇ ਕਾਲੇ ਕੱਪੜਿਆਂ ਦੇ ਨਾਲ। ਇਹ ਵੀਰੇ ਦੀ ਜਿੱਥੇ ਵੀ ਵੀਰਿਆਂ ਦਾ ਪ੍ਰੋਗਰਾਮ ਹੁੰਦਾ ਇਹ ਕਾਲੇ ਕੱਪੜੇ ਟੀ ਸ਼ਰਟਾਂ ਪਾ ਕੇ ਇਕੱਠੀ ਟੀਮ ਰਲ ਮਿਲ ਕੇ ਬੜੇ ਵਧੀਆ ਸੇਵਾਦਾਰ ਕੰਮ ਕਰਦੇ ਆ ਯਾਰ। ਫੌਜ ਬਣਾਈ ਹੋਈ ਆ ਜਿਹਦਾ ਨਾਮ ਆ ਬੋਲੇ ਕੀ ਫੌਜ ਕਰੇਗੀ ਮੌਜ। ਸਲੋ ਜੀ, ਤੁਹਾਨੂੰ ਆਪਾਂ ਦਿਖਾਉਂਦੇ ਆ ਵੀਰੇ ਨੇ ਕਿੰਨਾ ਵਧੀਆ ਫੂਡ ਅਰੇਂਜਮੈਂਟ ਕੀਤਾ। ਸੱਚੀ ਦੱਸਾਂ ਯਾਰ, ਵੀ ਮੈਨੂੰ ਦੇਖ ਦੇਖ ਕੇ ਭੁੱਖ ਲੱਗ ਗਈ ਦੁਬਾਰਾ। ਤੇ ਵੀਰੇ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ। ਤੁਹਾਨੂੰ ਸਾਰਿਆਂ ਨੂੰ ਬੜਾ ਵਧੀਆ ਪ੍ਰੋਗਰਾਮ ਕਰਦੇ ਹੋ ਤੁਸੀਂ ਭੰਡਾਰੇ ਦੇ ਵਿੱਚ। ਸਭ ਤੋਂ ਵੱਡਾ ਯੋਗਦਾਨ ਤੁਹਾਡਾ। ਉਹ ਨਹੀਂ ਮਾਰਕੋ ਜੀ, ਦੇਖੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ, ਤੁਸੀਂ ਦੋ ਡਿਊਟੀਆਂ ਸਾਂਭਣੀਆਂ, ਅਸੀਂ ਤੁਹਾਨੂੰ ਇੱਕ ਡਿਊਟੀ ਦਿੱਤੀ ਸੀ। ਅਸੀਂ ਕਈ ਝੰਡੇ ਲੈ ਕੇ ਸੰਗਤ ਨੂੰ ਰੋਕਣਾ, ਤੁਸੀਂ ਕਹੇ ਜਮਾਨਾ ਡਿਜੀਟਲ ਹੋ ਗਿਆ, ਸੰਗਤ ਰੁਕਣੀ ਚਾਹੀਦੀ, ਉਹ ਸਾਡੀ ਡਿਊਟੀ ਆ। ਬਿਲਕੁਲ ਸਹੀ ਗੱਲ, ਅਸੀਂ ਇਸ ਗੱਲ ਨਾਲ ਲੱਗ ਰਹੀ ਹਾਂ, ਵਾਕਿਆ ਹੀ ਜਮਾਨਾ ਡਿਜੀਟਲ ਹੋ ਗਿਆ। ਤੁਸੀਂ ਡਿਜੀਟਲ ਤਰੀਕੇ ਨਾਲ ਸੰਗਤ ਰੋਕ ਕੇ ਐਡਵਾਂਸ ਸਾਡੇ ਕੋਲ ਭੇਜੀ ਹੋਈ ਆ, ਦਿਖਾ ਦਿਓ, ਸੰਗਤ ਵੇਟ ਕਰ ਰਹੀ ਆ ਲੰਗਰ ਦਾ। ਕਿੰਨੀ ਸੰਗਤ ਪਹੁੰਚੀ ਹੋਈ ਆ ਯਾਰ। ਦੂਜਾ, ਸਾਡੇ ਵੀਰੇ ਦੇ ਜਨਮ ਦਿਨ ਤੇ ਜਦੋਂ ਭਰਾ ਦਾ ਜਨਮ ਦਿਨ ਸੀ, ਇਹਦੇ ਵਿੱਚ 11,000 ਰੁਪਏ ਦਾ ਯੋਗਦਾਨ ਇਸ ਭੰਡਾਰੇ ਦੇ ਵਿੱਚ ਸ਼ਿਵਰਾਤਰੀ ਦੇ ਵਿੱਚ ਸਾਡੇ ਸੂਰਜ ਅਰੋੜਾ ਜੀ ਵੱਲੋਂ ਆਇਆ ਸੀਗਾ। ਪਹਿਲਾਂ ਤਾਂ ਤਹਿ ਦਿਲੋਂ ਸ਼ੁਕਰਗੁਜ਼ਾਰ ਅਸੀਂ ਇਹਨਾਂ ਦਾ ਕਿ ਜਿਨ੍ਹਾਂ ਨੇ ਬੂਟਾ ਲਾਇਆ। ਇਹਨਾਂ ਦੇ ਬਰਥਡੇ ਤੇ ਅਨਾਊਂਸ ਹੋਇਆ ਸੀਗਾ 11,000 ਰੁਪਏ ਦਾ ਯੋਗਦਾਨ ਇਸ ਭੰਡਾਰੇ ਦੇ ਵਿੱਚ। ਹੋਰ ਵੀ ਬਹੁਤ ਗੁਪਤ ਯੋਗਦਾਨ ਆਇਆ ਜਿਨ੍ਹਾਂ ਦੇ ਅਸੀਂ ਨਾਮ ਨਹੀਂ ਲੈ ਸਕਦੇ, ਇਸ ਕਰਕੇ ਸਾਡੇ ਕੋਲ ਟਾਈਮ ਥੋੜਾ ਵਾ, ਸੰਗਤ ਵੀ ਖੜੀ ਆ, ਅਸੀਂ ਦਵਾ ਦਾ ਭੰਡਾਰਾ ਸ਼ੁਰੂ ਕਰਨ ਲੱਗੇ ਆ। ਅਸੀਂ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆ, ਇਹ ਭੰਡਾਰਾ ਸਾਰਿਆਂ ਦੇ ਸਹਿਯੋਗ ਨਾਲ ਆ, ਅਸੀਂ ਤਾਂ ਇਕੱਲੇ ਕੜਛੀਆਂ ਫੜ ਕੇ ਮੂਹਰੇ ਚੌਧਰੀ ਆ, ਦੇਣ ਵਾਲਾ ਕੋਈ ਹੋਰ ਆ, ਖਾਣ ਵਾਲਾ ਹੋਰ ਆ, ਫੇਰ ਵੀ ਸਾਤੋਂ ਕੋਈ ਗਲਤੀ ਹੋ ਜਾਵੇ ਤਾਂ ਸਾਨੂੰ ਮਾਫ਼ ਜ਼ਰੂਰ ਕਰੀਓ। ਬੋਲੋ ਬੰਮ ਬੰਮ ਭੋਲੇ ਭੋਲੇ ਨਾਥ ਕੀ ਜੈ, ਹਰ ਹਰ ਮਹਾਦੇਵ ਕੀ ਜੈ। ਵੀਰੇ ਕੀ ਲਗਾਏ ਹੋਏ ਤੁਸੀਂ ਇਹ ਦੱਸੋ। ਤੁਹਾਡੀ ਸੇਵਾ ਦੇ ਵਿੱਚ ਅਚਾਰ, ਸਲਾਦ, ਦਾਲ, ਮਟਰ ਪਨੀਰ, ਚਪਾਤੀ ਤੇ ਫਰੂਟ ਕਸਟਰਡ ਜੀ। ਵਾਹ ਵੀ ਵਾਹ, ਸਵੀਟ ਦਾ ਵੀ ਧਿਆਨ ਰੱਖਿਆ ਗਿਆ, ਪੂਰਾ ਜੀ ਪੂਰਾ ਗਰਮ ਦੀ ਥਾਂ ਤੇ ਠੰਡਾ ਰੱਖਿਆ ਗਿਆ ਹੈ। ਠੀਕ ਹੈ, ਇਸ ਤੋਂ ਬਾਅਦ ਲੰਗਰ ਤੋਂ ਬਾਅਦ ਸ਼ਾਮ ਨੂੰ 5 ਵਜੇ ਚਾਹ ਤੇ ਪਕੌੜਿਆਂ ਦਾ ਅਰੇਂਜਮੈਂਟ ਆ, ਵਰਤ ਵਾਲਿਆਂ ਲਈ ਦੁੱਧ ਤੇ ਕੇਲਿਆਂ ਦਾ ਅਰੇਂਜਮੈਂਟ ਆ ਜੀ। ਵਰਤ ਵਾਲਿਆਂ ਨੂੰ ਵੀ ਬੇਨਤੀ ਆ ਵੀ ਉਹ ਵੀ ਜ਼ਰੂਰ ਆ ਕੇ ਸੇਵਾ ਦਾ ਮੌਕਾ ਦੇਣ। ਜਿਨ੍ਹਾਂ ਨੇ ਨਹੀਂ ਵਰਤ ਰੱਖਿਆ, ਭੋਲੇ ਦੀ ਬਰਾਤ ਬਚਾਏ ਹੋਏ ਆ, ਉਹਨਾਂ ਦਾ ਤਾਂ ਅਸੀਂ ਸਤਿਕਾਰ ਕਰਨਾ ਹੀ ਕਰਨਾ ਵਾ। ਠੀਕ ਹੈ ਜੀ, ਤੁਸੀਂ ਸਾਡੇ ਲਈ ਸਾਰੇ ਭੋਲੇ ਦੇ ਬਰਾਤੀ ਹੋ। ਬੋਲੋ ਹਰ ਹਰ ਮਹਾਦੇਵ। ਸਲੋ ਜੀ, ਮੈਂ ਕੋਈ ਇੱਕ ਟੀਮ ਮੈਂਬਰ ਦਿਖਾ ਦਿਓ ਵੀਰਾਂ ਦੇ। ਇਹ ਤਾਂ ਬਸ ਪਿੱਛੇ ਜਾ ਸਾਰੇ, ਫਿਰ ਦਿਨ ਰਾਤ ਲੱਗ ਕੇ ਯਾਰ ਵੀ ਇੱਕ ਫੋਨ ਕਰਦੇ ਵੀਰਾਂ, ਦੱਸਦਾ ਜੀ ਮੈਨੂੰ ਵੀ ਇੱਕ ਫੋਨ ਕਰੀਦਾ ਵੀ ਅੱਜ ਆਪਾਂ 6:30 ਇਕੱਠੇ ਹੋਣਾ, ਸਾਰੇ ਆਪਦੇ ਕੰਮ ਕਾਰ ਛੱਡ ਕੇ ਪਹਿਲੀ ਵਾਰ ਤੇ ਵੀਰੇ ਸਾਰੇ ਇਕੱਠੇ ਹੋ ਜਾਂਦੀ ਆ ਟੀਮ, ਤਾਂ ਮੈਨੂੰ ਬੜੀ ਵਧੀਆ ਲੱਗਦਾ ਯਾਰ ਕੰਮ ਵੀਰਾਂ ਦਾ। ਤੇ ਸੋ ਦੇਖ ਲਓ ਤੁਸੀਂ ਕਿੰਨੀ ਤਰ੍ਹਾਂ ਦਾ ਫੂਡ ਲੱਗਿਆ ਹੋਇਆ, ਤੇ ਆ ਜਾਓ ਹੁਣ ਆਪਾਂ ਚੱਲਦੇ ਹਾਂ ਅੱਗੇ ਤੇ ਤੁਹਾਨੂੰ ਕਿਸੇ ਅਗਲੇ ਮੰਦਿਰ 'ਚ ਜਿੱਥੇ ਇਹਦੇ ਵਧੀਆ ਵਧੀਆ ਪ੍ਰੋਗਰਾਮ ਚੱਲ ਰਹੇ ਆ ਤੁਹਾਨੂੰ ਉੱਥੇ ਵੀ ਦਿਖਾਉਂਦੇ ਹਾਂ। ਸਾਡੇ ਵੱਲੋਂ ਫੇਰ ਸਾਰੀ ਟੀਮ ਵੱਲੋਂ ਮਹਾ ਸ਼ਿਵਰਾਤਰੀ ਦੀਆਂ, ਸਾਰੀ ਸੰਗਤ ਨੂੰ ਜਿੱਥੇ ਵੀ ਸੂਰਜ ਨੂੰ ਦੇਖ ਰਹੀ ਹੈ, ਸੂਰਜ ਦੇ ਥਰੂ ਸਾਨੂੰ ਦੇਖ ਰਹੀ ਹੈ, ਉਹਨਾਂ ਨੂੰ ਹਾਰਦਿਕਾਂ ਵਧਾਈਆਂ। ਬੋਲੋ ਬੰਮ ਬੰਮ ਬੋਲੇ, ਬੰਮ ਬੰਮ ਬੋਲੇ, ਬੋਲੋ ਹਰ ਹਰ ਮਹਾਦੇਵ ਕੀ ਜੈ। ਸਾਡੀ ਸਾਰੀ
ਚਲੋ ਜੀ ਆਪਾਂ ਹੁਣ ਖੜੇ ਆ ਰਾਮ ਮੰਦਿਰ ਦੇ ਵਿੱਚ ਪ੍ਰਤਾਪ ਨਗਰ ਮੁਹੱਲੇ ਚ ਤੇ ਬੜੀ ਖੁਸ਼ੀ ਹੈ ਜੀ ਤੁਸੀਂ ਮੇਰੇ ਨਾਲ ਚੈੱਕ ਕਰ ਸਕਦੇ ਹੋ ਦੇਖ ਲਓ ਤੁਸੀਂ ਮੇਰੇ ਨਾਲ ਸ਼ਿਵ ਜੀ ਤੇ ਪਾਰਵਤੀ ਦੀ ਮੂਰਤੀ ਕਿੰਨੀ ਸੋਹਣੀ ਲੱਗਦੀ ਪਈ ਹੈ ਜੀ ਰਾਤੀ ਇੱਥੇ ਬੜਾ ਵਧੀਆ ਫੰਕਸ਼ਨ ਹੋਇਆ ਵਾ ਸੇਰਾ ਬੰਦੀ ਦਾ ਜਿਵੇਂ ਕਿ ਪਤਾ ਸ਼ਿਵਰਾਤਰੀ ਦਾ ਭੋਲੇ ਨਾਥ ਜੀ ਦਾ ਵਿਆਹ ਹੋਇਆ ਸੀਗਾ ਤੇ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਿੰਨੀ ਸੋਹਣੀ ਸੇਰਾ ਬੰਦੀ ਕੀਤੀ ਹੋਈ ਆ ਤੇ ਹੁਣ ਅੱਜ ਬਰਾਤ ਹੈ ਜੀ ਅੱਜ ਬਰਾਤ ਹੈ ਨਾਲ 3-5 ਰਾਮ ਮੰਦਿਰ ਦੇ ਵਿੱਚ ਕੀਰਤਨ ਹੈ ਉਸ ਤੋਂ ਬਾਅਦ 2-3 ਭੰਡਾਰਿਆਂ ਦਾ ਵੀ ਇੰਤਜ਼ਾਮ ਵੀ ਕੀਤਾ ਵਾ ਅੱਛਾ ਤੇ ਇੰਨੀ ਡੈਕੋਰੇਸ਼ਨ ਕੀਤੀ ਹੈ ਠੀਕ ਹੈ ਤੁਸੀਂ ਭੰਡਾਰੇ ਕਾਹਦੇ ਕਾਹਦੇ ਚਲਾਣੇ ਜੀ ਤੁਸੀਂ ਵੀਰੇ ਕੁਲਚੇ ਛੋਲੇ ਦਾ ਭੰਡਾਰਾ ਕੜੀ ਚੋਲ ਦਾ ਭੰਡਾਰਾ ਕੜਾਹ ਦਾ ਭੰਡਾਰਾ ਹੈ ਜਿਵੇਂ ਸੇਵਾ ਹੋਣੀ ਆ ਪੂਰੀ ਦੇਖ ਲਓ ਕਿੰਨੀਆਂ ਵਰਾਇਟੀਆਂ ਦੱਸਦੇ ਜਿਵੇਂ ਵਿਆਹ ਦੇ ਸਾਰੀਆਂ ਵਰਾਇਟੀਆਂ ਹੁੰਦੀਆਂ ਨਾ ਉਵੇਂ ਵਰਾਇਟੀਆਂ ਤੇ ਵੀਰੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਧੰਨਵਾਦ ਸਾਡੇ ਦੇਖਣ ਵਾਲੇ ਨੂੰ ਜੇ ਕੁਛ ਕਹਿਣਾ ਚਾਹੋਗਾ ਬਸ ਮੇਰੀ ਸਭ ਨੂੰ ਇਹੀ ਬੇਨਤੀ ਹੈ ਕਿ ਰੱਬ ਦੇ ਹਰ ਕੰਮ ਦੇ ਵਿੱਚ ਮੂਹਰੇ ਹੋ ਕੇ ਲਿਆ ਕਰੋ ਭਾਗ ਤੇ ਰੱਬ ਆਪਾਂ ਨੂੰ ਅੱਗੇ ਲੈ ਕੇ ਬਿਲਕੁਲ ਜੀ ਬਿਲਕੁਲ ਤੇ ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਰਾਮ ਮੰਦਿਰ ਰੇਲੀ ਬੜੇ ਦੇਖ ਰਿਹਾ ਵੀ ਦਿਨੋਂ ਦਿਨ ਲੋਕਾਂ ਦੀ ਸ਼ਰਧਾ ਵੀ ਵੱਧ ਰਹੀ ਹੈ ਤੇ ਤੁਸੀਂ ਦੇਖ ਲਓ ਯਾਰ ਕਿੰਨੀ ਸਾਫ਼ ਸਫਾਈ ਦੇ ਨਾਲ ਪੂਰੀ ਸਫਾਈ ਕੀਤੀ ਹੋਈ ਹੈ ਤਾਂ ਮੰਦਿਰ ਬੜਾ ਸੋਹਣਾ ਸਜਾਇਆ ਹੋਇਆ ਵੀਰੇ ਰਾਣੇ ਤਾਂ ਬੜੀ ਖੁਸ਼ੀ ਹੋਈ ਸੋ ਗਾਈਸ ਚੱਲਦੇ ਹਾਂ ਆਪਾਂ ਅੱਗੇ ਤੁਹਾਨੂੰ ਬਾਕੀ ਸ਼ਹਿਰ ਦੇ ਦਰਸ਼ਨ ਕਰਾਉਂਦੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਜੀ ਆਪਾਂ ਖੜੇ ਹਾਂ ਰੈਕੋਰਡ ਅੱਡੇ ਪ੍ਰਾਚੀਨ ਮੰਦਿਰ ਦੇ ਬਿਲਕੁਲ ਮੂਹਰੇ ਤੁਸੀਂ ਦੇਖ ਲਓ ਇੱਥੇ ਆਈਸਕ੍ਰੀਮ ਦਾ ਭੰਡਾਰਾ ਚੱਲਦਾ ਪਿਆ ਵਾ ਸੰਗਤ ਦੇਖ ਲਓ ਤੁਸੀਂ ਯਾਰ ਵੀ ਦੇਖ ਲਓ ਤੁਸੀਂ ਸੁੱਕੀ ਆਈਟਮ ਆ ਫਿਰ ਵੀ ਕਿੰਨਾ ਰਸ਼ ਹੈ ਤੇ ਕਿਵੇਂ ਸੰਗਤ ਇੱਥੇ ਇਹਨਾਂ ਤੋਂ ਲੈ ਰਹੀ ਹੈ ਯਾਰ ਬੜੀ ਖੁਸ਼ੀ ਹੁੰਦੀ ਆ ਵੀ ਆਈਸਕ੍ਰੀਮ ਕੁਲਫੀਆਂ ਹਲਵੇ ਦਾ ਪ੍ਰਸ਼ਾਦ ਪੂਰੀਆਂ ਛੋਲੇ ਸਾਰੇ ਫੁੱਟ ਬਤਾਇਆ ਗਿਆ ਜਿਹੜੇ ਵੀ ਭਗਤ ਆਈ ਜਾਂਦੇ ਨਾਲੋਂ ਨਾਲ ਬਤਾਈ ਜਾਂਦੇ ਕੋਈ ਘਾਟਾ ਨਹੀਂ ਹਜੇ ਵੀ ਲਗਾਤਾਰ ਚੱਲੂਗਾ 2-3 ਘੰਟੇ ਜੀ ਠੀਕ ਹੈ ਸੋ ਥੈਂਕ ਯੂ ਸੋ ਮਚ ਜੀ ਮੰਦਿਰ ਦੇ ਵਿੱਚ ਆ ਕੇ ਮਤਲਬ ਭੰਡਾਰੇ ਦੇ ਵਿੱਚ ਆਨੰਦ ਮਾਣਿਆ ਜੀ ਭੰਡਾਰੇ ਵਿੱਚ ਹਰ ਇੱਕ ਆਈਟਮ ਜਿਹੜੀ ਲਾਈ ਗਈ ਆ ਉਹ ਬਹੁਤ ਹੀ ਮਤਲਬ ਸ਼ਰਧਾ ਪੂਰਵਕ ਬਣਾਈ ਗਈ ਆ ਸਾਰੀਆਂ ਸੰਗਤਾਂ ਨੇ ਭੰਡਾਰੇ ਦਾ ਆਨੰਦ ਮਾਣਿਆ ਜੀ ਤੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਲਿਆ ਥੈਂਕ ਯੂ ਸੋ ਮਚ ਐਵਰੀ ਤੁਸੀਂ ਟਾਈਮ ਦਿੱਤਾ ਜੀ ਆਪਣਾ ਸੋ ਗਾਈਜ਼ ਹੁਣ ਦੇਖ ਲਓ ਤੁਸੀਂ ਸਾਰਿਆਂ ਦੇ ਤੁਹਾਨੂੰ ਸਾਰਾ ਜਗਰਾਉਂ ਦਿਖਾ ਦਾਂ ਮੈਂ ਇੱਕ ਵੀਡੀਓ ਦੇ ਵਿੱਚ ਤੇ ਇਸ ਤੋਂ ਬਾਅਦ ਹੁਣ ਸਾਡਾ ਜਿਹੜਾ ਆਪਣਾ ਮੇਨ ਪ੍ਰੋਗਰਾਮ ਹੈ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਤੇ ਆ ਜਾਓ ਆਪਾਂ ਚੱਲਦੇ ਹਾਂ ਸਿੱਧਾ ਸ਼ੋਅ ਤੇ ਤੇ ਕੀ ਕਰਦੇ ਹਾਂ ਕਿੰਨਾ ਫਨ ਕਰਦੇ ਹਾਂ ਜਾਂ ਆਪਾਂ ਕਿਵੇਂ ਸ਼ਿਵਰਾਤਰੀ ਮਨਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਦੇਖਦਾ ਵੀਡੀਓ ਸਾਰੇ ਐਂਡ ਤੱਕ ਜ਼ਰੂਰ ਦੇਖਿਓ ਜੀ ਆਹ ਲਓ ਜੀ ਦੇਖ ਲਓ ਤੁਸੀਂ ਇਹ ਭਰਾ ਨੂੰ ਸਾਰੇ ਜਾਣਦੇ ਹੀ ਹੋ ਬਈ ਬੜਾ ਵਾਇਰਲ ਹੋਇਆ ਮੇਰੇ ਜਨਮ ਦਿਨ ਤੇ ਹਾਂ ਵੀ ਕਿਵੇਂ ਹੈ ਤਿਆਰੀ ਹੈ ਫਿਰ ਸਲੋ ਜੀ ਅਸੀਂ ਵੀ ਆਪਣੀ ਜਿੱਥੇ ਤੁਹਾਨੂੰ ਦੱਸਿਆ ਵੀ ਆਪਾਂ ਵੀ ਭੰਡਾਰਾ ਲਗਾਉਣਾ ਲਓ ਜੀ ਤਿਆਰੀ ਹੋ ਚੁੱਕੀ ਹੈ ਸਾਰੀ ਤੇ ਲਓ ਜੀ ਆਪਣੇ ਭਰਾ ਵੀ ਸਾਰੇ ਲੱਗੇ ਹੋਏ ਆ ਅਭੀ ਇੱਕ ਗਿੜਾ ਹੋਰ ਹੈ ਤੀਜਾ ਇਹ ਚਲੋ ਫਿਰ ਅੱਜ ਦੇਖਦੇ ਹਾਂ ਰਵੀ ਕਿੰਨੇ ਹਿਲਾ ਕੇ ਪੀਆ ਕਰ ਚੱਲ ਇੱਕ ਪੀਲਾ ਹੋਰ ਹੋਰ ਪੀਲਾ 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 ਲਾ ਕੇ ਪੀਲਾ ਚੱਲ ਵੀ ਆਹ ਲਓ ਵੀ ਦੇਖ ਲਓ ਤੁਸੀਂ ਇਹ ਅੱਜ ਇੱਦਾਂ ਭੋਲੇ ਸ਼ੰਕਰ ਜੀ ਦੀ ਕਿਰਪਾ ਉਹੀ ਖਿੱਚਦਾ ਇੱਦਾਂ ਇੱਕ ਹੋਰ ਆਵੇ ਹਜੇ ਚੱਲ ਫਿਰ ਇਹ ਮੈਂ ਦਿਖਾਣੀ ਹੈ ਸਾਰਿਆਂ ਨੂੰ ਵੀ ਕਿੰਨੇ ਪੀਤੇ ਆ ਠੀਕ ਹੈ ਨਾ ਓਕੇ ਚੱਲ ਠੀਕ ਆ
ਸੋ ਲੋ ਜੀ ਤੁਸੀਂ ਦੇਖ ਲਓ ਭੰਡਾਰਾ ਸ਼ੁਰੂ ਹੋ ਚੁੱਕਿਆ, ਨਾਲ ਤੁਹਾਨੂੰ ਆਪਣਾ ਪਕੌੜੇ ਵੀ ਆ, ਭੰਗ ਵਾਲੇ, ਪਨੀਰ ਵਾਲੇ, ਆਲੂ ਵਾਲੇ ਜਿਹੜੇ ਲੈਣੇ ਆ ਹਰ ਤਰ੍ਹਾਂ ਦੇ ਹੈਗੇ ਆਪਣੇ ਕੋਲ। ਓਏ ਹੋਏ ਬੜੇ ਤੇਜ਼ ਹੋ ਰਹੇ ਹੋ, ਹੈ ਕਿਵੇਂ ਆ, ਕੀ ਰਿਪੋਰਟ ਹੈ? ਇੱਕ ਤੋਂ ਦਸ ਤਾਂ ਗਿਣਤੀ ਦਾ ਸੁਣਾ ਦੇ, ਸੁਣਾ ਦੇ, ਇੱਕ ਤੋਂ ਦਸ ਤਾਂ ਸੁਣਾਉਣੀ ਹੈ। ਨਹੀਂ ਥੋੜ੍ਹਾ ਜਿਹਾ ਔਖਾ ਹੋ ਗਿਆ ਨਾ, ਊਂ ਤਾਂ ਠੀਕ ਸੀ, ਪਹਿਲਾਂ ਤਾਂ ਠੀਕ ਸੀਗਾ, ਖੜਦਾ ਫਿਰ ਸੁਣਾ ਦੇ ਗਿਣਤੀ, ਫਿਰ ਕੰਮ ਨਵੇੜ। ਨਹੀਂ ਕੋਰੀ ਨਾ ਵੈ, ਹਾਂ ਵੀ ਹਣੀ, ਹਣੀ ਜੀ ਕੀ ਹਾਲ ਨੇ, ਠੀਕ ਹੈ? ਰਿਪੋਰਟ ਪੂਰੀ ਪੂਰੀ ਲੱਗ ਨਹੀਂ ਰਹੀ ਅਜੇ ਮੈਨੂੰ, ਹਲੇ ਹੋਊਗੀ, ਹਲੇ ਹੋਰ ਸ਼ਾਮ ਦੇ ਨੂੰ ਹੋ ਜੂਗੀ ਨਾ, ਕਰਕੇ ਜਾਣੀ ਹੈ। ਠੀਕ ਹੈ ਇਹ ਹੈਗਾ ਬਾਈ ਥੋੜ੍ਹਾ ਜਿਹਾ, ਥੋੜ੍ਹੀ ਜਿਹੀ ਐਵਰੇਜ ਘਟੀ ਹੋਈ ਆ ਭਰਾਰਾ ਦੀ ਸਾਡੇ, ਦੇਖ ਲਓ ਲੇਟ ਹੁੰਦਾ, ਲੇਟ ਹੁੰਦਾ, ਦੇਖ ਲਓ ਲੇਟ ਹੁੰਦਾ ਮੁੰਡਾ। ਬੰਮ 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 ਬੰਮ, ਮੇਰੀ ਗੱਲ ਸੁਣ, ਮੈਨੂੰ ਸਮਝ ਆਉਂਦੀ ਪਈ ਆ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਆ, ਵਿਆਹ ਹੁੰਦਾ, ਸਹੀ ਗੱਲ ਆ, ਵਿਆਹ ਹੁੰਦਾ ਅੱਜ ਦੇ ਦਿਨ ਦੁਨੀਆ। ਮੈਂ ਇੱਕ ਤੋਂ ਪੁੱਛਿਆ, ਮੈਂ ਕਿਹਾ ਵੀ ਸ਼ਿਵਰਾਤ ਜੀ ਕੀ ਆ, ਕਹਿੰਦੇ ਬਰਥਡੇ ਆ, ਬਰਥਡੇ ਨੀ। ਇੰਨੀ ਸ਼ਾਂਤੀ ਕਿਉਂ ਹੈ, ਕਿਵੇਂ ਹੈ, ਕੀ ਹਾਲ ਹੈ ਭਰਾ ਦੇ? ਹਾਂ ਵੀ ਕੀ ਹਾਲ ਹੈ ਭਰਾ ਦੇ? ਠੀਕ ਹੈ, ਠੀਕ ਹੈ, ਠੀਕ ਹੋ ਜੀ ਪੂਰੇ? ਇਹ ਭਰਾ ਦੀ ਸੇਵਾ ਕੀਤੀ ਨਹੀਂ ਲੱਗਦੀ ਤੁਸੀਂ, ਹਣੀ ਕੀ ਖਾਣਾ ਪੀਣਾ ਬੋਲ, ਹੋ ਗਿਆ ਸਾਰਾ ਕੁਝ, ਹੋ ਗਿਆ ਆਪਣੇ ਦਾ? ਨਹੀਂ ਨਹੀਂ ਪਕੌੜੇ ਬਰਫੀ, ਆਏ ਨਹੀਂ, ਮਜ਼ਾ ਨਹੀਂ ਆਉਣਾਗਾ। ਮੇਰੀ ਗੱਲ ਸੁਣ, ਤੂੰ ਸਾਡਾ ਭਰਾ ਮੈਂ, ਤੇਰੀ ਸੇਵਾ ਕਰਨੀ ਕਿਹਦਾ ਫਰਜ਼ ਹੈ, ਆਪਣਾ ਫਰਜ਼ ਹੈ ਕਿ ਨਹੀਂ? ਉਹ ਨਹੀਂ ਕੀ ਹੋਇਆ ਇੱਥੇ, ਕੀ ਹੋਇਆ ਜੀ ਇੱਥੇ, ਹੋ ਗਿਆ ਕੰਮ ਇਹਦਾ, ਚੱਲ ਹੁਣ ਰਵੀ ਐਵੇਂ ਨਾ ਕਰ, ਖਿੱਚ ਦੇ ਕੰਮ ਪੂਰਾ ਬਾਈ, ਸਹੀ ਸੀਗਾ, ਉਹਨੇ ਨੂੰ ਹੋਰ ਹੋਰ ਗਲਾਸ ਦੇ ਦਿੱਤਾ। ਰਵੀ ਕੀ ਦੀ ਗੁੜੀਆ, ਕੀ
ਕੀ ਕਹਿਣਾ ਕੀ ਸੀ ਕੀ ਕਹਿਣਾ ਸੀ ਉਹ ਪੀ ਲੱਗਾ ਮੈਂ ਗੁੜੀਆ ਪਾਗਲ ਤੂੰ ਰਵੀ ਉਹ ਕੁਛ ਨੀ ਹੋਣਾ ਬਾਈ ਸਵਾਦ ਉਹ ਬਸ ਘਰੇ ਜਾ ਕੇ ਯਾਰ ਕੀ ਹੋ ਗਿਆ ਰਵੀ ਅੱਜ ਬਾਬੂ ਨੂੰ ਕੀ ਹੋ ਗਿਆ ਅੱਜ ਬਾਬੂ ਨੂੰ ਕੀ ਹੋ ਗਿਆ ਬਾਬੂ ਨੂੰ ਪੁੱਛ ਲੈਂਦਾ ਕੀ ਹੋ ਗਿਆ ਬਾਹੂ ਕੀ ਹੋ ਗਿਆ ਬਾਹੂ ਕੀ ਹੋਇਆ ਬਾਈ ਜੀ ਨਤੀਜੇ ਆ ਗਏ ਆ ਇਹ ਰਾਤ ਹੁੰਦੇ ਹੀ ਨਾ ਇਹ ਦਿਨੇ ਦਾ ਬੰਦਾ ਚਾਹ ਚਾਹ ਦਿੰਦਾ ਬਹੁਤ ਸਾਰੀਆਂ ਪੀ ਜਾਂਦਾ ਮੈਂ ਕਰ ਦੂ ਚੱਕ ਦੂ ਹਨਾ ਤਾਂ ਉਸ ਤੋਂ ਬਾਅਦ ਰਿਜ਼ਲਟ ਕੁਛ ਏਦਾਂ ਦੇ ਹੁੰਦੇ ਦੇਖ ਲਓ ਤੁਸੀਂ ਕੀ ਹੋਇਆ ਇਹਨੂੰ ਭੰਗ ਬਰਫ ਕੀਤੀ ਹੋਈ ਹਾਲੇ ਬਰਫੀ ਤੁਹਾਨੂੰ ਬਰਾਬਰ ਬਰਫੀ ਖਾਲੀ ਸੀ ਹਾਲੇ ਬਰਾਬਰ ਹੋਏ ਗਏ ਆਹ